ਅਗਲੀ ਗੱਲਬਾਤ ਦੋਸਤੋ ਜਿਹੜੇ ਲੋਕ ਬਾਹਰੋਂ ਪੜ੍ਹਾਈ ਕਰਕੇ ਕੈਨੇਡਾ ਦੇ ਵਿੱਚ ਆਉਂਦੇ ਆ ਉਹਨਾਂ ਬਾਰੇ ਆ ਕਈ ਲੋਕਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਈ ਵੈਟੇਰੀਨਰੀਅਨ ਨੇ ਜਿਹੜੇ ਪਸ਼ੂਆਂ ਦੇ ਡਾਕਟਰ ਹੁੰਦੇ ਆ ਉਹ ਆਇਆਟ੍ਰਿਨੈਟ ਤੇ ਟੋਬੈਗੋ ਜਿਹੜੇ ਕਰੀਬੀਅਨ ਆਈਲੈਂਡਸ ਨੇ ਉੱਥੋਂ ਪੜ੍ਹਾਈ ਕਰਕੇ ਤੇ ਇੱਥੇ ਕੈਨੇਡਾ ਦੇ ਵਿੱਚ ਆਏ ਆ ਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਆਪਣੀ ਜਿਹੜੀ ਵੈਟੇਨਰੀ ਸਾਇੰਸ ਦੇ ਵਿੱਚ ਡਿਗਰੀ ਆ ਉਹ ਕਿਉਂਕਿ ਰੈਕੋਗਨਾਈਜ਼ ਨਹੀਂ ਕੀਤੀ ਕਿ ਪ੍ਰੋਵਿੰਸ ਦੇ ਵਿੱਚ ਤੇ ਉਹ ਪ੍ਰੈਕਟਿਸ ਨਹੀਂ ਐ ਇਸ ਵੇਲੇ ਕਰ ਸਕਦੇ ਫੁੱਲ ਫਲਾਈ ਵੈਟੇਰੀਨਰੀਅਨ ਵਾਲੋ ਜਿੱਦਾਂ ਪ੍ਰਿੰਸ ਜਾਰਜ ਦੇ ਵਿੱਚ ਆਇਆ ਜਿੱਦਾਂ ਉਹਨਾਂ ਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ ਅ ਇਸ ਵੇਲੇ ਇਹ ਦੱਸਿਆ ਜਾ ਰਿਹਾ ਕਿ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੈਨੇਡਾ ਚੰਗੀਆਂ ਕੈਰੀਅਰ ਅਪਰਚੂਨਿਟੀਆਂ ਦੇ ਰਿਹਾ ਆ ਕਰੇਬੀਅਨਸ ਦੇ ਮੁਕਾਬਲੇ ਵੀ ਉੱਥੇ ਆਇਲੈਂਡਸ ਦੇ ਉੱਤੇ ਰਹਿ ਕੇ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਆ ਜਾਂ ਕੈਨੇਡਾ ਦੇ ਵਿੱਚ ਕਰਨੀ ਆ ਤੇ ਕੈਨੇਡਾ ਕੁਦਰਤੀ ਤੌਰ ਤੇ ਵਧੀਆ ਅਪਰਚੂਨਿਟੀਆਂ ਦੇ ਰਿਹਾ ਆ ਬਹੁਤ ਸਾਰੇ ਹੋਟ ਵੈਟਨੇਰੀਅਨ ਨੇ ਜਿਨ੍ਹਾਂ ਦੀਆਂ ਜੌਬਸ ਇਸ ਥਾਵਾਂ ਦੇ ਉੱਤੇ ਪਿੱਛੇ ਸੀਗੀਆਂ ਤੇ ਇੱਥੇ ਹੋਏ ਆ ਗਏ ਆ ਤੇ ਜਿਹੜੇ ਫੋਰਨ ਟ੍ਰੇਨਡ ਵੈਟਨੇਰੀਅਨ ਨੇ ਪਸ਼ੂਆਂ ਦੇ ਡਾਕਟਰ ਨੇ ਉਹ ਸਟੈਪ ਲੈ ਰਹੇ ਆ ਕਿ ਉਹ ਕਿਸੇ ਤਰ੍ਹਾਂ ਆਪਣੇ profession ਦੇ ਵਿੱਚ ਫੁੱਲੀ ਪ੍ਰੈਕਟਿਸ ਕਰ ਸਕਣ ਜਿਹੜੀ ਕਾਲਜ ਆਫ ਵੈਟਨੇਰੀਅਨ ਆਫ ਬ੍ਰਿਟਿਸ਼ ਕੋਲੰਬੀਆ ਹੈਗਾ ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਜਿਹੜੀ ਇਸ profession ਦੀ ਇੱਕ ਰੈਗੂਲੇਟਰੀ ਬਾਡੀ ਆ ਉਹ ਕਹਿੰਦੇ 70% ਸਾਡੇ 191 ਨਵੇਂ ਰਜਿਸਟਰੈਂਟਸ ਦੇ ਵਿੱਚੋਂ ਜਿਹੜੇ ਜੁਲਾਈ 2021 ਤੋਂ ਲੈ ਕੇ ਜੂਨ 2022 ਤੱਕ ਆਇਆ ਗ੍ਰੈਜੂਏਟਡ ਹੋਏ ਆ ਉਹ ਵੈਟਰਨਰੀ ਕਾਲਜ ਕੈਨੇਡਾ ਤੋਂ ਬਾਹਰ ਨੇ ਮਤਲਬ 191 ਬੰਦਾ ਇਹਨਾਂ ਨੇ ਆਹ ਥੋੜੇ ਮਹੀਨਿਆਂ ਦੇ ਸਾਲ ਦੇ ਵਿੱਚ ਲਾ ਲੋ ਰਜਿਸਟਰ ਕੀਤਾ 191 ਨਵੇਂ ਵੈਟਰਨਰੀ ਡਾਕਟਰ ਬਣੇ ਆ ਤੇ ਉਹਨਾਂ ਦੇ ਵਿੱਚੋਂ 70% ਉਹ ਬਣੇ ਆ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਭਾਵੇਂ ਕਿਸੇ ਹੋਰ ਦੇਸ਼ ਦੇ ਵਿੱਚ ਡਾਕਟਰ ਸੀਗੇ ਵੈਟਰਨਰੀ ਦੇ ਜਦੋਂ ਕੈਨੇਡਾ ਦੇ ਵਿੱਚ ਆਏ ਤੇ ਉਹਨਾਂ ਨੇ ਆਪਣੇ ਟੈਸਟ ਪਾਸ ਕਰਕੇ ਤੇ ਬਾਕੀ ਸਾਰਾ ਕੁਝ ਕਰਕੇ ਇੱਥੇ ਡਾਕਟਰ ਬਣ ਗਏ 70% 191 ਦੇ ਵਿੱਚੋਂ ਗਿਣਤੀ ਉਹਨਾਂ ਦੀ ਦੱਸੀ ਜਾ ਰਹੀ ਹੈ ਫੋਰਨ ਗ੍ਰੈਜੂਏਟ ਜਿਹੜੇ ਬਾਹਰੋਂ ਪੜ੍ਹਾਈ ਕਰਕੇ ਆਉਂਦੇ ਆ ਉਹਨਾਂ ਨੂੰ ਇੱਥੇ ਲਾਇਸੈਂਸ ਲੈਣਾ ਪੈਂਦਾ ਜੇ ਉਹਨਾਂ ਨੇ ਵੈਟਰਨਰੀ ਮੈਡੀਸਨ ਦੇ ਵਿੱਚ ਪ੍ਰੈਕਟਿਸ ਕਰਨੀ ਹੈ ਹੁਣ ਰੌਲਾ ਇਹ ਆ ਕਿ ਐਸੇ ਤਰ੍ਹਾਂ ਹੀ ਪੈਟਰਨ ਜਿਹੜਾ ਸਰਕਾਰ ਆ ਉਹ ਜਿਹੜੇ ਦੂਜੇ ਹਿਊਮਨ ਡਾਕਟਰਸ ਨੇ ਜਿਹੜੇ ਉਹਨਾਂ ਦੇ ਲਈ ਵੀ ਉਹ ਵਰਤ ਰਹੇ ਆ ਜਾਨਵਰਾਂ ਤੋਂ ਬਿਨਾਂ ਦੂਜੇ ਡਾਕਟਰਾਂ ਦੇ ਲਈ ਵੀ ਇਹੇ ਤਰੀਕਾ ਵਰਤ ਰਹੇ ਆ ਕਿਉਂਕਿ ਵੈਟਨਰੀਅਨ ਦੀ ਵੀ ਕਮੀ ਬਹੁਤ ਆ ਜਿੱਥੇ ਬੰਦਿਆਂ ਦੇ ਡਾਕਟਰਾਂ ਦੀ ਕੈਨੇਡਾ ਦੇ ਵਿੱਚ ਕਮੀ ਆ ਉੱਥੇ ਪਸ਼ੂਆਂ ਦੇ ਡਾਕਟਰ ਵੀ ਪੂਰੇ ਨਹੀਂ ਔਰ ਇੱਥੇ ਤੱਕ ਕਿਹਾ ਜਾ ਰਿਹਾ ਕਿ ਕਿਉਂਕਿ ਥੋੜੇ ਡਾਕਟਰ ਆ ਉਹਨਾਂ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਆ ਉਹਨਾਂ ਦੇ ਦਿਮਾਗ ਦੇ ਉੱਤੇ ਸਟ्रेस ਬਹੁਤ ਆ ਔਰ ਇਹੋ profession ਆ ਜਾਂ ਉਹਨਾਂ professions ਦੇ ਵਿੱਚੋਂ ਇੱਕ profession ਆ ਜਿਹਦੇ ਵਿੱਚ ਲੋਕ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਰ ਰਹੇ ਆ ਕੈਨੇਡੀਅਨ ਵੈਟਰਨਰੀ ਮੈਡੀਸਨ ਐਸੋਸੀਏਸ਼ਨ ਜਿਹੜੀ ਰਿਸਪੌਂਸੀਬਲ ਆ ਇਹ ਸਾਰੇ ਐਗਜ਼ਾਮ ਕਰਨ ਦੇ ਲਈ ਇਹਨਾਂ ਦੇ ਜਾਂ ਜਿਹੜੇ ਨਾਨ ਐਕ੍ਰੈਡੀਟਿਡ ਸਕੂਲਸ ਨੇ ਉੱਥੋਂ ਪੜ੍ਹ ਕੇ ਆਏ ਲੋਕਾਂ ਨੂੰ ਦੋ ਰਿਟਰਨ ਤੇ ਦੋ ਪ੍ਰੈਕਟੀਕਲ ਐਗਜ਼ਾਮ ਇਹਨਾਂ ਦੇ ਹੁੰਦੇ ਯੂਨੀਵਰਸਿਟੀ ਆਫ ਵੈਸਟ ਇੰਡੀਜ਼ ਦੇ ਵਿੱਚ ਤੇ ਜਿਹੜੀਆਂ ਉਹਨਾਂ ਥਾਵਾਂ ਦੇ ਉੱਤੇ ਜਿਨ੍ਹਾਂ ਨੂੰ ਇਹ CVMA ਐਕ੍ਰੈਡੀਟ ਨਹੀਂ ਕਰਦੀ ਪਰ ਜਿਹੜੇ ਇਹਨੂੰ ਰਿਟਨ ਐਗਜ਼ਾਮ ਪਾਸ ਕਰ ਦਿੰਦੇ ਆ ਫਿਰ ਉਹਨਾਂ ਨੂੰ ਕੰਮ ਕਰਨ ਦੇ ਲਈ ਜਿਹੜੀ ਪ੍ਰੋਵੀਜ਼ਨਲ ਵੈਟੇਰੀਨਰੀਅਨ ਦੇ ਤੌਰ ਦੇ ਉੱਤੇ ਕਹਿ ਦਿੱਤਾ ਜਾਂਦਾ ਵੀ ਉਹ ਕਿਸੇ ਹੋਰ ਲਾਇਸੈਂਸਡ ਵੈਟੇਰੀਨਰੀਅਨ ਦੇ ਮਤਲਬ ਉਹਦੀ ਸੁਪਰਵਾਈਜ਼ਨ ਦੇ ਥੱਲੇ ਪ੍ਰੈਕਟਿਸ ਕਰ ਸਕਦੇ ਆ ਇੰਡੀਪੈਂਡੈਂਟ ਪ੍ਰੈਕਟਿਸ ਨਹੀਂ ਕਰ ਸਕਦੇ ਤੇ ਫਿਰ ਹੌਲੀ ਹੌਲੀ ਜਿਹੜਾ ਉਹ ਪ੍ਰੋਸੈਸ ਕੰਪਲੀਟ ਹੁੰਦਾ ਜੇ 191 ਦੇ ਵਿੱਚੋਂ 70% ਜਿਹੜੇ ਫੋਰਨ ਟ੍ਰੇਨਡ ਨੇ ਜਾਂ ਕੈਨੇਡਾ ਤੋਂ ਬਾਹਰ ਆਊਟਸਾਈਡ ਕੈਨੇਡਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਹੈ ਤੇ ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵਧੂਗੀ ਮਾਈਗ੍ਰੇਸ਼ਨ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਡਿਪੈਂਡ ਕਰਦੇ ਆਂ ਜਿੱਥੇ ਇੱਥੇ ਲੋਕਾਂ ਦੀ ਲੋੜ ਆ ਤੇ ਬਾਹਰੋਂ ਇਮੀਗ੍ਰੈਂਟਸ ਇੱਥੇ ਆਉਣੇ ਚਾਹੀਦੇ ਆ ਇੱਥੇ ਆ ਕੇ ਵਸਣੇ ਚਾਹੀਦੇ ਆ ਐਸੇ ਤਰ੍ਹਾਂ ਹੀ ਕੈਨੇਡਾ ਦੇ ਕੋਲ ਇੰਨੀ ਕੈਪੈਸਿਟੀ ਨਹੀਂ ਆ ਕਿ ਇਹ ਨਵੇਂ ਡਾਕਟਰ ਜਾਂ ਵੈਟਰਨਰੀ ਡਾਕਟਰ ਪੈਦਾ ਕਰ ਸਕੇ ਨਾ ਉਹਨੇ ਮੈਡੀਕਲ ਸਕੂਲ ਆ ਮੈਡੀਕਲ ਸਕੂਲ ਦੀਆਂ ਸੀਟਾਂ ਤਾਂ ਕਿੰਨੇ ਕਿੰਨੇ ਸਾਲ ਹੋ ਗਏ ਕਈ ਦਹਾਕੇ ਹੋ ਜਾਂਦੇ ਜਦੋਂ ਦੀਆਂ ਵਧੀਆਂ ਨਹੀਂ ਆ ਪਪੂਲੇਸ਼ਨ ਵਧੀ ਜਾਂਦੀ ਹੈ ਤੇ ਇੱਕੋ ਇੱਕ ਤਰੀਕਾ ਕੈਨੇਡਾ ਦੇ ਕੋਲ ਬਚਦਾ ਵੀ ਬਾਹਰੋਂ ਸਕਿਲਡ ਲੇਬਰ ਜਿਹੜੀ ਆ ਡਾਕਟਰ ਵੈਟਰਨਰੀ ਡਾਕਟਰ ਇਹਨਾਂ ਨੂੰ ਸੱਦਿਆ ਜਾਵੇ ਇਹਨਾਂ ਨੂੰ ਫਿਰ ਇੱਥੇ ਮਾਨਤਾ ਦਿੱਤੀ ਜਾਵੇ ਤਾਂ ਕਿ ਲੋਕਾਂ ਦਾ ਜਾਂ ਜਾਨਵਰਾਂ ਦਾ ਇਲਾਜ ਕੀਤਾ ਜਾ ਸਕੇ ਤੇ ਉਸ ਪਾਸੇ ਨੂੰ ਜਿਹੜੇ ਕਦਮ ਚੁੱਕ ਕੇ ਜਾ ਰਹੇ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਗੱਲਬਾਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ